ਕੱਲ ਤੋਂ ਸ਼ੁਭ ਦਾ ਭਾਰਤ ਵਿੱਚ ਸ਼ੁਰੂ ਹੋਣ ਵਾਲਾ ਸੰਗੀਤਕ ਟੂਰ ਸਟਿਲ ਰੱਦ ਹੋਣ ਤੋਂ ਬਾਅਦ ਉਸ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਸ਼ੁਭ ਨੇ ਆਪਣੇ ਇੰਸਟਾਗ੍ਰam ਤੇ ਲਿਖਿਆ ਹੈ ਕਿ ਪੰਜਾਬੀਆਂ ਨੂੰ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ ਬੜੇ ਹੀ ਸੁਲਝੇ ਅੰਦਾਜ਼ ਦੇ ਵਿੱਚ ਜਵਾਬ ਦਿੰਦਿਆਂ ਜਿੱਥੇ ਸ਼ੁਭਨੀਤ ਸਿੰਘ ਸ਼ੁਭ ਨੇ ਪੰਜਾਬ ਦੀ ਧਰਤੀ ਅਤੇ ਭਾਰਤ ਦੀ ਧਰਤੀ ਦੇ ਨਾਲ ਆਪਣੇ ਮੋਹ ਨੂੰ ਦਰਸਾਇਆ ਹੈ ਉੱਥੇ ਹੀ ਭਾਰਤੀ ਟੂਰ ਰੱਦ ਹੋਣ ਤੇ ਦੁੱਖ ਤੇ ਹੈਰਾਨੀ ਜਤਾਈ ਹੈ ਸਪਸ਼ਟ ਕੀਤਾ ਹੈ ਕਿ ਪੰਜਾਬ ਮੇਰੀ ਰੂਹ 'ਚ ਹੈ ਪੰਜਾਬ ਮੇਰੇ ਖੂਨ ਵਿੱਚ ਹੈ ਮੈਂ ਜੋ ਵੀ ਹਾਂ ਪੰਜਾਬੀ ਹੋਣ ਕਰਕੇ ਹਾਂ ਕਿ ਮੈਂ ਭਾਰਤ ਦਾ ਦੌਰਾ ਰੱਦ ਹੋਣ ਤੋਂ ਬਹੁਤ ਨਿਰਾਸ਼ ਹਾਂ ਮੈਂ ਆਪਣੇ ਦੇਸ਼ ਵਿੱਚ ਆਪਣੇ ਲੋਕਾਂ ਦੇ ਸਾਹਮਣੇ ਪਹਿਲੀ ਵਾਰੀ ਇੰਨਾ ਵੱਡਾ ਪ੍ਰਦਰਸ਼ਨ ਕਰਨ ਦੇ ਲਈ ਬਹੁਤ ਉਤਸ਼ਾਹਿਤ ਸੀ 2 ਮਹੀਨਿਆਂ ਤੋਂ ਮੈਂ ਪੂਰੇ ਦਿਲ ਤੇ ਰੂਹ ਨਾਲ ਪ੍ਰੈਕਟਿਸ ਕਰ ਰਿਹਾ ਸੀ ਪਰ ਮੈਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਹਿੰਦੇ ਭਾਰਤ ਮੇਰਾ ਵਿਦੇਸ਼ ਹੈ ਕਹਿੰਦੇ ਇਹ ਮੇਰੇ ਗੁਰੂਆਂ ਅਤੇ ਮੇਰੇ ਪੁਰਖਿਆਂ ਦੀ ਧਰਤੀ ਹੈ ਉਹਨਾਂ ਨੇ ਇਸ ਮੁਲਕ ਦੀ ਆਜ਼ਾਦੀ ਦੇ ਲਈ ਇਸ ਮੁਲਕ ਦੀ ਸ਼ਾਨ ਦੇ ਲਈ ਬਿਨਾਂ ਸੋਚੇ ਸਮਝੇ ਕੁਰਬਾਨੀਆਂ ਦਿੱਤੀਆਂ ਕੁਰਬਾਨੀਆਂ ਕਰਨ ਦੇ ਲਈ ਅੱਖ ਤੱਕ ਨਹੀਂ ਚਪਕਾਈ ਪਲਕ ਤੱਕ ਨਹੀਂ ਚਪਕਾਈ ਕਹਿੰਦੇ ਮੇਰੇ ਗੁਰੂਆਂ ਨੇ ਮੈਨੂੰ ਸਿਖਾਇਆ ਮਾਨਸ ਕੀ ਜਾਤ ਸਭੈ ਇੱਕਿਆ ਪਹਿਚਾਨ ਵੋ ਨਾ ਕਹਿੰਦੇ ਮੈਂ ਕਿਸੇ ਤੋਂ ਡਰਨਾ ਹੈ ਨਾ ਕਿਸੇ ਦੇ ਡਰਾਵੇ 'ਚ ਆਉਣਾ ਹੈ ਇਹੀ ਮੈਨੂੰ ਪੰਜਾਬੀ ਸਿਖਾਉਂਦੀ ਹੈ ਸੋ ਅਖੀਰ ਤੇ ਸ਼ੁਭਨੇ ਕਿ ਹੈ ਕਿ ਸਖਤ ਮਿਹਨਤ ਮੈਂ ਕਰਦਾ ਰਹਾਂਗਾ ਵਿਰੋਧੀਆਂ ਨੂੰ ਇੱਕrarar ਜਵਾਬ ਦਿੰਦਾ ਹੈ ਕਿ ਮੈਂ ਤੇ ਮੇਰੀ ਟੀਮ ਛੇਤੀ ਹੀ ਹੋਰ ਤਕੜੇ ਹੋ ਕੇ ਤੇ ਹੋਰ ਮਜ਼ਬੂਤ ਹੋ ਕੇ ਆਵਾਂਗੇ ਸ਼ਮਨਿਤ ਸਿੰਘ ਦੇ ਮਸਲੇ ਤੇ ਪੰਜਾਬੀ ਗਾਇਕਾ ਨੇ ਵੀ ਬੋਲਣਾ ਸ਼ੁਰੂ ਕੀਤਾ ਹੈ ਕਰਨ ਔਜਲਾ ਨੇ ਵੀ ਆਪਣੇ ਇੰਸਟਾਗ੍ਰam ਪੇਜ ਤੇ ਸ਼ੁਭ ਦੀ ਪੋਸਟ ਨੂੰ ਸਾਂਝਾ ਕੀਤਾ ਹੈ ਤਾਂ ਗੈਰੀ ਸੰਧੂ ਨੇ ਵੀ ਸ਼ੁਭ ਦੇ ਸਮਰਥਨ ਦੇ ਵਿੱਚ ਇੱਕ ਵੀਡੀਓ ਜਾਰੀ ਕੀਤੀ ਹੈ ਸਿੱਧੂ ਮੂਸੇਵਾਲੇ ਦੇ ਇੰਸਟਾਗ੍ਰam ਪੇਜ ਤੇ ਵੀ ਮਾਪਿਆਂ ਨੇ ਇਹਨਾਂ ਹਾਲਾਤਾਂ ਤੇ ਸਖਤ ਇਤਰਾਜ਼ ਜਤਾਉਂਦੇ ਕਿਹਾ ਕਿ ਸਾਨੂੰ ਘੱਟ ਗਿਣਤੀ ਭਾਈਚਾਰਾ ਹੋਣ ਕਰਕੇ ਵਾਰੀ-ਵਾਰੀ ਨਿਸ਼ਾਨਾ ਬਣਾਇਆ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਘੱਟ ਗਿਣਤੀ ਹੋਣਾ ਬਿਨਾਂ ਸ਼ੱਕ ਇੱਕ ਚੁਣੌਤੀ ਭਰਿਆ ਹੈ ਕਹਿੰਦੇ ਕਿ ਆਪਣੇ ਲੋਕਾਂ ਬਾਰੇ ਗੱਲ ਕਰਨਾ ਗੁਨਾਹ ਹੈ ਸਿੱਧੂ ਵੀ ਆਪਣੇ ਲੋਕਾਂ ਦੀ ਆਪਣੇ ਪੰਜਾਬ ਦੀ ਗੱਲ ਕਰਦਾ ਸੀ ਪਰ ਬਿਨਾਂ ਕਿਸੇ ਠੋਸ ਸਬੂਤ ਦੇ ਉਸ ਨੂੰ ਅਤਵਾਦੀ ਘਰਾੜ ਦਿੱਤਾ ਗਿਆ ਅਫਸੋਸ ਦੀ ਗੱਲ ਹੈ ਕਿ ਹੁਣ ਸ਼ੁਭ ਨੂੰ ਵੀ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਮਾਪਿਆਂ ਨੇ ਮੀਡੀਆ ਨੂੰ ਵੀ ਤਿੱਖੇ ਸਵਾਲ ਚਲੀ ਜਾਂਦੀ ਹੈ ਸ਼ਬਦ ਬਿਆਨ ਤੋਂ ਬਾਅਦ ਏਪੀ ਢਿੱਲੋਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਢਿੱਲੋਂ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਤੇ ਡਰਾਮੇ ਤੋਂ ਹਮੇਸ਼ਾ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਕਿਉਂਕਿ ਤੁਹਾਡੇ ਮੂੰਹ ਚੋਂ ਨਿਕਲੀ ਇੱਕ ਵੀ ਗੱਲ ਨੂੰ ਕਿਹੜੇ ਵੇਲੇ ਕਿਸ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਜਾਊਗਾ ਕਿਸੇ ਨੂੰ ਨਹੀਂ ਪਤਾ ਇੱਥੇ ਹਰ ਕੋਈ ਤੁਹਾਡੇ ਵਿਚਾਰਾਂ ਨੂੰ ਆਪੋ ਆਪਣੇ ਨਜ਼ਰੀਏ ਨਾਲ ਦੇਖਦਾ ਤੇ ਫਿਰ ਤੁਹਾਨੂੰ ਜੱਜ ਕਰਦਾ ਹੈ ਕਲਾਕਾਰ ਹੋਣ ਦੇ ਨਾਤੇ ਹੁਣ ਆਪਣੀ ਟੀਚੇ ਵੱਲ ਕੇਂਦ੍ਰਿਤ ਰਹਿਣਾ ਤੇ ਆਪਣੀ ਮਨਪਸੰਦ ਦੀ ਚੀਜ਼ ਕਰਨਾ ਕਹਿੰਦੇ ਬਹੁਤ ਔਖਾ ਹੋ ਗਿਆ ਮੈਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰਦਾ ਕਿ ਮੈਂ ਜੋ ਕਰ ਰਿਹਾ ਜਾਂ ਘਟਣਾ ਪਹੁੰਚਾ ਦੇ ਵੀ ਪਰ باوجود ਇਸਤੇ ਕਹਿੰਦੇ ਡਰ ਲੱਗਦਾ ਰਹਿੰਦਾ ਹੈ ਕਿ ਕਿਤੇ ਸਾਡੇ ਕਰਕੇ ਵਿਵਾਦ ਨਾ ਪੜਕ ਜਾਵੇ ਖਾਸ ਕਰਕੇ ਸਿਆਸੀ ਤਾਕਤਾਂ ਪਬਲਿਕ ਦੇ ਵਿੱਚ ਆਪਣੇ ਅਕਸ ਨੂੰ ਮਜ਼ਬੂਤ ਬਣਾਉਣ ਲਈ ਸਾਨੂੰ ਮੋਹਰਾ ਬਣਾ ਕੇ ਵਰਤਦੀਆਂ ਨੇ ਅਸੀਂ ਕਲਾਕਾਰ ਤਾਂ ਸਿਰਫ ਆਪਣਾ ਕੰਮ ਕਰ ਰਹੇ ਹਾਂ ਸਾਡੇ ਲਈ ਧਰਮ ਜਾਤ ਰੰਗ ਰੂਪ ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਪਿਆਰ ਫੈਲਾਓ ਨਫਰਤ ਨਹੀਂ ਸਿਆਸੀ ਲੀਡਰਾਂ ਨੇ ਵੀ ਪ੍ਰਤੀਕਰਮ ਦਿੱਤੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਪੰਜਾਬੀ ਗਾਇਕ ਸ਼ੁਭਨੂ ਦੇਸ਼ ਵਿਰੋਧੀ ਕਰਾ ਦੇਣ ਵਾਲੀ ਗੱਲ ਦਾ ਸਖਤ ਵਿਰੋਧ ਕਰਦੇ ਨੇ ਕਿਹਾ ਕਿ ਪੰਜਾਬ ਕਾਂਗਰਸ ਹਮੇਸ਼ਾ ਖਾਲਿਸਤਾਨ ਦੇ ਵਿਚਾਰ ਦਾ ਵਿਰੋਧ ਕਰਦੀ ਹੈ ਤੇ ਵੜਿੰਗ ਨੇ ਇਹ ਵੀ ਕਿਹਾ ਕਿ ਸਾਨੂੰ ਪੰਜਾਬੀਆਂ ਨੂੰ ਆਪਣੀ ਦੇਸ਼ ਭਗਤੀ ਦਾ ਸਬੂਤ ਦੇਣ ਦੀ ਕੋਈ ਲੋੜ ਨਹੀਂ ਹੈ ਕੁਝ ਤਾਕਤਾਂ ਸਾਨੂੰ ਕਮਜ਼ੋਰ ਕਰਨ ਦੇ ਲਈ ਸਾਡੇ ਖਿਲਾਫ ਪ੍ਰਚਾਰ ਕਰ ਰਹੀਆਂ ਨੇ ਤੇ ਇਹ ਕਾਫੀ ਨਿੰਦਨਯੋਗ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਲਲਜੀਤ ਸਿੰਘ ਛੀਵਾ ਨੇ ਵੀ ਕੈਨੇਡੀਅਨ ਗਾਇਕ ਸ਼ੁਭ ਦੇ ਹੱਕ ਵਿੱਚ ਟਵੀਟ ਕੀਤਾ ਹੈ। ਉਹਨਾਂ ਨੇ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸ਼ੁਭ ਦੇ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਹੈ ਲਿਖਤੀ ਰੂਪ ਦੇ ਵਿੱਚ ਉਸ ਨੂੰ ਸਾਂਝਾ ਕੀਤਾ ਗਿਆ ਹੈ ਤੇ ਉਹਨੂੰ ਸਾਂਝਾ ਕਰਦਿਆਂ ਛੀਵਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਉਹਨੇ ਸਭ ਕੁਝ ਚੰਗੀ ਤਰ੍ਹਾਂ ਸਪਸ਼ਟ ਕਰ ਦਿੱਤਾ ਤੇ ਹੁਣ ਮਾਮਲਾ ਬੰਦ ਹੋ ਜਾਣਾ ਚਾਹੀਦਾ ਹੈ। ਤੇ ਇਸ ਮਸਲੇ ਦਰਮਿਆਨ ਹੁਣ ਉਸ ਇਨਸਾਨ ਦੀ ਵੀ ਗੱਲ ਕਰ ਲੈਣੇ ਆ ਭਾਰਤ ਦੀ ਉਹ ਨਾਗਰਿਕ ਜਿਹੜੀ ਸਿੱਖਾਂ ਦੇ ਮਸਲੇ ਦੇ ਵਿੱਚ ਹਮੇਸ਼ਾ ਬੋਲਦੀ ਹੈ ਨਾਮ ਹੈ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਸ ਮਸਲੇ ਤੇ ਵੀ ਬਿਆਨ ਆ ਗਿਆ ਜਿਸ ਤੇ ਅਕਾਲੀ ਦਲ ਨੇ ਕੰਗਣਾ ਨੂੰ ਘੇਰਿਆ ਵੀ ਹੈ ਕੰਗਣਾ ਰਣੋਤ ਆਪਣੇ ਇਸ ਬਿਆਨ ਦੇ ਵਿੱਚ ਸਿੱਖਾਂ ਨੂੰ ਨਸੀਹਤ ਦੇਣ ਦੀ ਨਜ਼ਰ ਆਉਂਦੀ ਹੈ ਸੋਸ਼ਲ ਮੀਡੀਆ ਤੇ ਲਿਖਦੀ ਹੈ ਕਿ ਸਿੱਖ ਆਪਣੇ ਆਪ ਨੂੰ ਖਾਲਿਸਤਾਨੀਆਂ ਤੋਂ ਵੱਖ ਕਰਨ ਅਤੇ ਜ਼ਿਆਦਾ ਤੋਂ ਜ਼ਿਆਦਾ ਸਿੱਖ ਖਾਲਿਸਤਾਨ ਦੇ ਖਿਲਾਫ ਬੋਲਣ ਤੇ ਅਖੰਡ ਭਾਰਤ ਦੀ ਹਮਾਇਤ ਕਰਨ ਯਾਨੀ ਕਿ ਕੰਗਣਾ ਨੇ ਸਿੱਖਾਂ ਨੂੰ ਤੇ ਖਾਲਸਤਾਨੀਆਂ ਨੂੰ ਵੱਖੋ ਵੱਖਰਾ ਦੱਸਿਆ ਹੈ ਕੰਗਣਾ ਦੇ ਇਸ ਬਿਆਨ ਦਾ ਜਵਾਬ ਸ਼੍ਰੋਮਣੀ ਕਾਲੇ ਦਲ ਦੇ ਸੀਨੀਅਰ ਲੀਡਰ ਵਰਸਾ ਸਿੰਘ ਵਲਟੋਹਾ ਨੇ ਦੰਦਾ ਕਿ ਹੈ ਕਿ ਜਿਨ੍ਹਾਂ ਸਿੱਖਾਂ ਨੇ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੁਸੀਂ ਉਹਨਾਂ ਤੇ ਸਵਾਲ ਚੁੱਕ ਰਹੇ ਹੋ ਯਾਨੀ ਤੁਹਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੀ ਗੰਦਗੀ ਭਰੀ ਹੋਈ ਹੈ ਵਲਟੋਹਾ ਨੇ ਕੰਗਣਾ ਨੂੰ ਚੁਣੌਤੀ ਦਿੱਤੀ ਕਿ ਦੱਖਣੀ ਦਿੱਲੀ ਤੋਂ ਭਾਜਪਾ ਦਾ ਐਮਪੀ ਰਮੇਸ਼ ਬਧੂਰੀ ਲੋਕ ਸਭਾ 'ਚ ਖੜੇ ਹੋ ਕੇ ਬੀਐਸਪੀ ਦੇ ਇੱਕ ਮੁਸਲਮ ਐਮਪੀ ਨੂੰ دہشتਗਰਦ ਮੁੱਲਾ ਤੇ ਹੋਰ ਪਤਾ ਨਹੀਂ ਕੀ ਕੀ ਤਰਾਜੋਗ ਸ਼ਬਦ ਬੋਲ ਰਿਹਾ ਉਸ ਦੇ ਖਿਲਾਫ ਤੁਸੀਂ ਕਿਉ ਜਦੋਂ ਪਹਿਲਵਾਨ ਪ੍ਰਦਰਸ਼ਨ ਤੇ ਬੈਠੇ ਸੀ ਤਾਂ ਕੰਗਣਾ ਕਿਉਂ ਨਹੀਂ ਬੋਲੀ ਕਿਉਂ ਨਹੀਂ ਨਜ਼ਰ ਆਇਆ ਕਿ ਸਾਡੀਆਂ ਪਹਿਲਵਾਨ ਕੁੜੀਆਂ ਦੇ ਨਾਲ ਕੀ ਕੀ ਹੋਇਆ